ਅੱਜ ਇੱਥੇ ਅਥਾਰਟੀ ਸੀ ਫਾਜ਼ਿਲਕਾ ਮੈਂ ਜੁਆਇਨ ਕੀਤਾ ਹੈ ਪਬਲਿਕ ਦੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਮੇਰਾ ਪ੍ਰਾਇੋਰਟੀ ਰਹੂਗਾ ਕਿਉਂਕਿ ਬੇਸਿਕਲੀ ਅਸੀਂ ਪਬਲਿਕ ਵਾਸਤੇ ਹੀ ਇੱਥੇ ਡਿਊਟੀ ਕਰਨ ਵਾਸਤੇ ਪਹੁੰਚੇ ਹਾਂ ਸਾਡਾ ਫਰਜ਼ ਬਣਦਾ ਇਸ ਕਰਕੇ ਪਬਲਿਕ ਦੇ ਕੰਮਾਂ ਨੂੰ ਜੋ ਵੀ ਸਮੱਸਿਆਵਾਂ ਹੈਗੀਆਂ ਉਹਨਾਂ ਦੀਆਂ ਸੁਣ ਕਰਕੇ ਪੁਰਾਣੇ ਸਮੇਂ ਦੀ ਵੀ ਫੀਡਬੈਕ ਲੈ ਕਰਕੇ ਉਹਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰਾਂਗੇ ਮੈਨੂੰ ਅੱਜ ਹੀ ਜੁਆਇਨ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਟਿੱਡੀ ਦਲ ਬਾਰੇ ਜਿਹੜਾ ਕਿ ਪਾਕਿਸਤਾਨ ਕੰਨਿਓਂ ਦੱਸਿਆ ਗਿਆ ਵੀ ਉੱਧਰੋਂ ਆਇਆ ਸੀਗਾ ਔਰ ਮੈਂ ਇਹਦੀ ਰਿਪੋਰਟ ਡਿਪਾਰਟਮੈਂਟ ਤੋਂ ਲਈ ਹੈ ਉਹਨਾਂ ਨੇ ਦੱਸਿਆ ਵੀ 80% ਕੰਟਰੋਲ ਉਹਨਾਂ ਵੱਲੋਂ ਕਰ ਲਿਆ ਗਿਆ ਔਰ ਇਹ ਵੀ ਦੇਖਣ 'ਚ ਉਹਨਾਂ ਨੂੰ ਲੱਗ ਰਿਹਾ ਵੀ ਇਹ ਵਾਪਸ ਉੱਧਰ ਹੀ ਪਾਕਿਸਤਾਨ ਵਾਪਸ ਜਾ ਰਿਹਾ ਜਿੰਨਾ ਕਿ ਕੋਈ ਬੱਚਾ ਜਾਂ ਕਿਸ ਤਰ੍ਹਾਂ ਉੱਧਰਲੇ ਪਾਸੇ ਡਾਈਵਰਟ ਹੋਇਆ ਗਿਆ ਇਹਨੇ ਦੋ ਪਿੰਡਾਂ ਦੇ ਵਿੱਚ ਇਹਨਾਂ ਨੇ ਇਸ ਤਰੀਕੇ ਦਾ ਨੇ ਫਾਈਟ ਕੀਤਾ ਸੀਗਾ ਪਰ ਕੰਟਰੋਲ ਕੀਤਾ ਗਿਆ 80% ਅਤੇ ਇਹ ਕੋਈ ਨੁਕਸਾਨ ਵਾਲੀ ਗੱਲ ਨਹੀਂ ਇਸ ਵੇਲੇ ਪੰਜਾਬ ਦੀ ਫਿਰ ਵੀ ਰਿਪੋਰਟਸ ਜਿਹੜੀਆਂ ਅਸੀਂ ਡਿਪਾਰਟਮੈਂਟਸ ਤੋਂ ਲੈਣਾਂਗੇ ਫੀਲਡ ਰਿਪੋਰਟ ਕਰੀਆਂ ਦੇਖੋ ਜੋ ਡਿਪਾਰਟਮੈਂਟ ਦੀ ਕਾਰਵਾਈ ਹੈ ਉਹ ਲਗਾਤਾਰ ਜਾਰੀ ਹੈ ਕੱਲ੍ਹ ਰਾਤ ਤੋਂ ਸ਼ਾਮ ਤੋਂ ਜਦੋਂ ਜੋ ਦੀ ਗੱਲ ਇਹ ਸੁਣ ਚ ਆਈ ਹੈ ਆਫਿਸਰਸ ਨੂੰ ਪਤਾ ਲੱਗਾ ਉਹਨਾਂ ਵੱਲੋਂ ਕਾਰਵਾਈ ਜਾਰੀ ਹੈ 80% ਕੰਟਰੋਲ ਇਹ ਗੱਲ ਹੋ ਗਈ ਆਲਰੇਡੀ 20% ਦੀ ਜਿਹੜੀ ਹੈਗੀ ਉਹ ਉਹਦੇ ਬਾਰੇ ਵੀ ਕਾਰਵਾਈ ਚੱਲ ਰਹੀ ਫਸਲਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਪਰ ਆਪਾਂ ਇਹਨੇ ਇਨਫੋਰਮੇਸ਼ਨ ਲੈ ਲਾਂਗੇ ਅੱਜ ਇੱਥੇ ਜੁਆਇਨ ਕਰਨ ਤੋਂ ਬਾਅਦ ਪਤਾ ਲੱਗਿਆ ਆਪਾਂ ਇਸ 'ਤੇ ਐਕਟਿਵ ਹੈਗੇ ਸਾਰੇ ਐਡਮਿਨਿਸਟ੍ਰੇਸ਼ਨ ਐਕਟਿਵ ਇਸ ਕੰਮ ਐਂਡ ਸਾਡੀ ਪੁਰਜ਼ੋਰ ਕੋਸ਼ਿਸ਼ ਰਹੇਗੀ ਤਾਂ ਕਿ ਕਿਸੇ ਦਾ ਕਿਵੇਂ ਦਾ ਲੋਕ ਨੁਕਸਾਨ ਨਾ ਹੋ ਨੈਚੁਰਲੀ ਆਫਿਸਰ ਨੇ ਜਾਣਾ ਹੀ ਉਹ ਡਿਊਟੀ ਨਿਭਾਉਣੀ ਹੈ ਦੇ ਹੈਵ ਟੂ ਬੀ ਦੇਅਰ ਗਏ ਹੋਏ ਨੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਗੱਲ ਆਉਂਦੀ ਲਾਪਰਵਾਹੀ ਬਾਰੇ ਨੈਚੁਰਲੀ ਉਹਦੇ ਅਗੇਂਸਟ ਐਕਸ਼ਨ ਕਰਾਂਗੇ ਜੇ ਕੋਈ ਗੱਲ ਹੈ ਤਾਂ ਸਾਨੂੰ ਤੁਸੀਂ ਧਿਆਨ 'ਚ ਲਿਆ ਦਿਓ ਆਪਾਂ ਇਸ ਨੂੰ ਠੀਕ ਕਰ ਦਾਂਗੇ